ਮਨਾਉਂਦੇ ਹੋਏ ਆਪਾਂ ਸਾਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜੇ ਹਾਂ ਸਤਿਗੁਰੂ ਜੀ ਦੀ ਬਾਣੀ ਦੇ ਨਾਲ ਚਿੱਤ ਨੂੰ ਜੋੜਿਆ ਹੈ ਸਤਿਗੁਰੂ ਜੀ ਦੀ ਬਾਣੀ ਨੂੰ ਗਾਵਿਆ ਹੈ ਸੁਣਿਆ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੋ ਇਹ ਸ਼ਹੀਦੀ ਹੈ ਪਾਵਨ ਬਲਿਦਾਨ ਹੈ ਦੁਨੀਆਂ ਦੇ ਇਤਿਹਾਸ ਵਿੱਚ ਇਹ ਇੱਕ ਪਹਿਲੀ ਘਟਨਾ ਹੈ ਜਿਹਨੂੰ ਕਹਿ ਲਈਏ ਕਿ ਹਿਊਮਨ ਰਾਈਟਸ ਦੇ ਲਈ ਦਿੱਤਾ ਹੋਇਆ ਪਹਿਲਾ ਬਲਿਦਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਹੈ ਆਪੋ ਆਪਣੇ ਧਰਮਾਂ ਦੇ ਲਈ ਜਾਂ ਆਪਣੀ ਜਾਇਦਾਦ ਦੇ ਲਈ ਆਪਣੇ ਪਰਿਵਾਰ ਦੇ ਲਈ ਬਹੁਤੇ ਲੋਕਾਂ ਨੇ ਬਲਿਦਾਨ ਕੀਤੇ ਹਨ ਇਤਿਹਾਸ ਵਿੱਚ ਇਹੋ ਜਿਹੀਆਂ ਬੇਅੰਤ ਘਟਨਾਵਾਂ ਦਰਜ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਗੱਲਾਂ ਨੂੰ ਲੈ ਕੇ ਲੋਕ ਆਪਣੀਆਂ ਕੁਰਬਾਨੀਆਂ ਦੇਣਗੇ ਆਪਣੇ ਪਰਿਵਾਰ ਲਈ ਆਪਣੇ ਧਰਮ ਲਈ ਪਰ ਇਹ ਇੱਕ ਮਹਾਨ ਕੁਰਬਾਨੀ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਦੂਜੇ ਧਰਮ ਨੂੰ ਬਚਾਉਣ ਦੇ ਲਈ ਮਨੁੱਖਤਾ ਦੇ ਉੱਤੇ ਹੋ ਰਹੇ ਜ਼ੁਲਮ ਦੇ ਲਈ ਸਤਿਗੁਰੂ ਜੀ ਨੇ ਆਪ ਅੱਗੇ ਹੋ ਕੇ ਆਪਣੀ ਕੁਰਬਾਨੀ ਦਿੱਤੀ ਆਪਣਾ ਸੀਸ ਵਾਰਿਆ ਇਹ ਇਤਿਹਾਸ ਹੈ ਜਦੋਂ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਦੇ ਹਾਂ ਨੋਰਮਲੀ ਹੁੰਦਾ ਹੈ ਅਸੀਂ ਕੀਰਤਨ ਸੁਣਦੇ ਹਾਂ ਕਥਾਵਾਂ ਸੁਣਦੇ ਹਾਂ ਪਰ ਇਹਨਾਂ ਗੁਰਪੁਰਬਾਂ ਨੂੰ ਮਨਾਉਣ ਦਾ ਜੋ ਇੱਕ ਰੀਜਨ ਹੋਣਾ ਚਾਹੀਦਾ ਹੈ ਜਾਂ ਹੋ ਹੈ ਉਹ ਇਹ ਹੈ ਵੀ ਅਸੀਂ ਸਤਿਗੁਰੂ ਜੀ ਦੇ ਇਹਨਾਂ ਗੁਰਪੁਰਬਾਂ ਤੋਂ ਕੁਛ ਸਿੱਖਿਆ ਲਈਏ ਤੁਹਾਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਸਤਿਗੁਰੂ ਜੀ ਜੋ ਸਿਰਗ ਜੋ ਸਿਦਕ ਆਪ ਜੀ ਦੇ ਸਿੱਖਾਂ ਨੂੰ ਭਾਈ ਮਤੀ ਦਾਸ ਜੀ ਨੂੰ ਭਾਈ ਸਤੀ ਦਾਸ ਜੀ ਨੂੰ ਦਯਾਲਾ ਜੀ ਨੂੰ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਤੇ ਸਾਡੀ ਝੋਲੀ ਵਿੱਚ ਵੀ ਥੋੜ੍ਹਾ ਜਿਹਾ ਕਿਣਕਾ ਮਾਤਰ ਵੀ ਪਾ ਦੇਣ ਕਿਉਂਕਿ ਸਾਨੂੰ ਉਸ ਸਿਦਕ ਦੀ ਉਸ ਭਰੋਸੇ ਦੀ ਬੜੀ ਲੋੜ ਹੈ
ਉਹ ਦ੍ਰਿੜ ਨਿਸ਼ਚਾ ਜੋ ਸਤਿਗੁਰੂ ਜੀ ਦੇ ਸਿੱਖਾਂ ਨੇ ਦਿਖਾਇਆ ਹੈ ਸਾਨੂੰ ਉਸਦੀ ਬੜੀ ਲੋੜ ਹੈ ਅਜੋਕੇ ਸਮੇਂ ਦੇ ਵਿੱਚ ਜਿਸ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਇਸ ਦੇ ਵਿੱਚ ਅਸੀਂ ਥੋੜੀਆਂ ਥੋੜੀਆਂ ਗੱਲਾਂ ਪਿੱਛੇ ਡੋਲ ਜਾਂਦੇ ਹਾਂ ਬਹੁਤ ਛੋਟੇ ਛੋਟੇ ਰੀਜਨ ਹੁੰਦੇ ਹਨ ਜਿਨ੍ਹਾਂ ਪਿੱਛੇ ਅਸੀਂ ਡੋਲ ਜਾਂਦੇ ਹਾਂ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਮੈਂ ਬਹੁਤੀ ਵਾਰੀ ਬੇਨਤੀ ਕਰਦਾ ਹੁੰਦਾ ਜਦੋਂ ਸਤਿਗੁਰੂ ਜੀ ਦੇ ਉਹ ਸਿੱਖ ਜੋ ਮਹਾਨ ਹਨ ਉਹ ਸਿੱਖ ਤੇ ਅਸੀਂ ਸਿੱਖ ਗੁਰਬਾਣੀ ਵਿੱਚ ਪ੍ਰਮਾਣ ਆਉਂਦਾ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਸਤਿਗੁਰੂ ਆਪਣੇ ਸਿੱਖਾਂ ਨੂੰ ਇੱਕੋ ਜਿਹਾ ਜਾਣਦਾ ਹੈ ਸਤਿਗੁਰੂ ਜੀ ਦੇ ਮਨ ਦੇ ਵਿੱਚ ਸਾਡੇ ਲਈ ਵੀ ਉਹੀ ਭਾਵਨਾ ਹੈ ਜੋ ਉਹਨਾਂ ਸਿੱਖਾਂ ਦੇ ਪ੍ਰਤੀ ਹੈ ਤੇ ਜਦੋਂ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਅਰਦਾਸ ਬੇਨਤੀ ਕਰਾਂਗੇ ਸਤਿਗੁਰੂ ਜੀ ਦਇਆਲ ਹਨ ਬਖਸ਼ਿਸ਼ਾਂ ਕਰਨ ਵਾਲੇ ਹਨ ਜਦੋਂ ਅਸੀਂ ਇਹ ਬਖਸ਼ਿਸ਼ਾਂ ਇਹ ਦਾਤ ਸਤਿਗੁਰੂ ਜੀ ਪਾਸੋਂ ਮੰਗਾਂਗੇ ਦ੍ਰਿੜ ਨਿਸ਼ਚੇ ਦੀ ਦ੍ਰਿੜ ਵਿਸ਼ਵਾਸ ਦੀ ਸਤਿਗੁਰੂ ਜੀ ਕਿਰਪਾ ਕਰਨਗੇ ਸਾਡੀ ਝੋਲੀ ਵਿੱਚ ਇਹ ਦਾਨ ਪਾਉਣਗੇ ਤੇ ਸਾਡੇ ਗੁਰਪੁਰਬ ਮਨਾਉਣੇ ਸਫਲ ਹੋਣਗੇ ਆਓ ਆਪਣੇ ਮਨਾਂ ਨੂੰ ਜੋੜਨਾ ਕਰੋ ਜੀ ਤੇਗ ਬਹਾਦਰ ਸਿਮਰੇ ਕਰ ਨਾਮ ਨਿਧਾਵੇ ਹਾਏ ਤੇਗ ਬਹਾਦਰ ਸਿਮਰੇ Oh,